ਮੈਨੂੰ ਪ੍ਰਿਯੰਕਾ ਦੀ ਸਮਾਈਲ ਵੀ ਬਹੁਤ ਸੋਹਣੀ ਲੱਗੀ ਤੁਸੀਂ ਵੀ ਹੱਸਦੇ ਪਏ ਹੋ ਮੈਂ ਵੀ ਹੱਸਦੀ ਪਈ ਹਾਂ ਪਰ ਹੱਸਣ ਦੇ ਪਿੱਛੇ ਇੱਕ ਕਾਰਨ ਵੀ ਹੋਣਾ ਚਾਹੀਦਾ ਠੀਕ ਹੈ ਵੀ ਆਪਾਂ ਸਮਾਈਲ ਕਰਦੇ ਹਾਂ ਪਰ ਸਮਾਈਲ ਜਦੋਂ ਅਸੀਂ ਕਰਦੇ ਹਾਂ ਸਾਡੇ ਸੋਹਣੇ ਸੋਹਣੇ ਦੰਦ ਦਿਖਦੇ ਨੇ ਤੁਸੀਂ ਦਿਖਾਓ ਸੋਹਣੇ ਲੱਗਦੇ ਨੇ ਸੋ ਅਕਸਰ ਅਸੀਂ ਇਸ ਚੀਜ਼ ਨੂੰ ਇਗਨੋਰ ਕਰਦੇ ਹਾਂ ਕਿ ਸਾਡੀ ਸਮਾਈਲ ਦੇ ਪਿੱਛੇ ਸਾਡੇ ਖੂਬਸੂਰਤ ਦੰਦ ਵੀ ਨੇ ਸੋ ਇਹਨਾਂ ਦੰਦਾਂ ਦੀ ਦੇਖਭਾਲ ਕਿੱਦਾਂ ਕਰਨਾ ਅਸੀਂ ਕਈ ਵਾਰੀ ਡਾਕਟਰ ਤੇ ਜਾਣ ਵੇਲੇ ਡਰਦੇ ਹਾਂ ਤੁਸੀਂ ਕਦੇ ਡਰੇ ਹੋ ਕਿ ਡੈਂਟਲ ਡਾਕਟਰ ਦੇ ਕੋਲ ਨਹੀਂ ਜਾਣਾ ਬਿਲਕੁਲ ਮਨਪ੍ਰੀਤ ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਕਿ ਰੂਟ ਕਨਾਲ ਹੁੰਦੀ ਹੈ ਤੁਹਾਡੇ ਦੰਦਾਂ ਤੇ ਕੋਈ ਵੀ ਉਹ ਐਕਸਪੈਰੀਮੈਂਟ ਕਰਨਗੇ ਤਾਂ ਤੁਹਾਨੂੰ ਬੜੀ ਜ਼ਿਆਦਾ ਪੇਨ ਹੋਏਗੀ ਸੋ ਇਦਾਂ ਦੇ ਜਿਹੜੇ ਟਿਪਸ ਐਂਡ ਟ੍ਰਿਕਸ ਅਸੀਂ ਬੜੇ ਸੁਣਦੇ ਵੀ ਰਹਿੰਦੇ ਹਾਂ ਔਰ ਪ੍ਰੈਕਟੀਕਲੀ ਦੇਖੇ ਵੀ ਨੇ ਮਨਪ੍ਰੀਤ ਜੀ ਲੇਕਿਨ ਇਹ ਸਭ ਚੀਜ਼ਾਂ ਨੂੰ ਮੈਨੂੰ ਲੱਗਦਾ ਇਗਨੋਰ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਹਾਨੂੰ ਉਸ ਡਾਕਟਰ ਕੋਲ ਵੀ ਜਾਣਾ ਚਾਹੀਦਾ ਹੈ ਡੈਂਟਲ ਕਲੀਨਿਕ ਤੇ ਜਾਓ ਔਰ ਦਿਖਾਓ ਕਿ ਆਖਿਰਕਾਰ ਤੁਹਾਡੇ ਦੰਦ ਕਿੱਦਾਂ ਦੇ ਨੇ ਉਹ ਕੀ ਕੰਡੀਸ਼ਨ ਦੇ ਵਿੱਚ ਨੇ ਅਕਸਰ ਅਸੀਂ ਇਗਨੋਰ ਕਰਦੇ ਹਾਂ ਪਰ ਤੁਹਾਡੇ ਦੰਦ ਤੁਹਾਡੇ ਲਈ ਖਜ਼ਾਨਾ ਨੇ ਕਿਉਂਕਿ ਜੇ ਤੁਸੀਂ ਰੋਟੀ ਖਾਓਗੇ ਜੇ ਸਹੀ ਤਰੀਕੇ ਨਾਲ ਨਹੀਂ ਖਾਧੀ ਗਈ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਸੋ ਦੰਦਾਂ ਦੇ ਵਿੱਚ ਕਾਮਨ ਜੀ ਬਿਮਾਰੀ ਹੈ ਦੰਦਾਂ ਦੇ ਵਿੱਚੋਂ ਖੂਨ ਆਉਂਦਾ ਬਲੀਡਿੰਗ ਹੁੰਦੀ ਹੈ ਸੁੱਜ ਜਾਂਦੇ ਨੇ ਅਸੀਂ ਫਿਰ ਵੀ ਘਰ ਦੇ ਵਿੱਚ ਨੁਸਖੇ ਅਪਣਾ ਲੈਂਦੇ ਹਾਂ ਪਰ ਜਾਂਦੇ ਨਹੀਂ ਆ ਪਰ ਤੁਹਾਨੂੰ ਡਾਕਟਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਸੋ ਤੁਹਾਨੂੰ ਵੀ ਦਿਖਾਉਣਾ ਚਾਹੁੰਦੇ ਹਾਂ ਜੇਕਰ ਤੁਹਾਡੇ ਦੰਦਾਂ ਦੇ ਵਿੱਚ ਖੂਨ ਆਉਂਦਾ ਜੇ ਤੁਹਾਨੂੰ ਪ੍ਰੋਬਲਮ ਆ ਗਈ ਹੈ ਸੋਜਿਸ ਦੀ ਤਾਂ ਕਿੱਦਾਂ ਉਹਨੂੰ ਠੀਕ ਕਰੀਏ ਇਹਨੂੰ ਕਿਹੜੀ ਬਿਮਾਰੀ ਕਿਹਾ ਜਾਂਦਾ ਸੋ ਦੰਦਾਂ ਵਾਲੇ ਡਾਕਟਰ ਤੋਂ ਹੀ ਜਾਣਦਾ ਹੈ ਕਿ ਆਖਿਰਕਾਰ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਅੱਜ ਗੱਲ ਕਰਾਂਗੇ ਮਸੂੜਿਆਂ 'ਚੋਂ ਖੂਨ ਨਿਕਲਣ ਦੀ ਅਸੀਂ ਬ੍ਰਸ਼ ਕਰ ਰਹੇ ਹਾਂ ਸਾਡੇ ਬ੍ਰਸ਼ ਦੇ ਉੱਤੇ ਖੂਨ ਲੱਗਿਆ ਹੋਇਆ ਜਾਂ ਫਿਰ ਅਸੀਂ ਜਦੋਂ ਆਪਣੀ ਟੁੱਥਪੇਸਟ ਥੁੱਕ ਰਹੇ ਹਾਂ ਵਾਸ਼ ਬੇਸਿਨ ਵਿੱਚ ਉਸ 'ਤੇ ਖੂਨ ਲੱਗਿਆ ਹੋਇਆ ਇਸ ਗੱਲ ਤੋਂ ਘਬਰਾਈਏ ਕਿ ਨਾ ਘਬਰਾਈਏ ਕਿ ਇਹਨੂੰ ਇਗਨੋਰ ਕਰੀਏ ਬਿਲਕੁਲ ਇਗਨੋਰ ਨਹੀਂ ਕਰਨਾ ਹਾਂਜੀ ਇਹ ਘਬਰਾਹਟ ਦੀ ਗੱਲ ਹੈ ਖੂਨ ਕਿਉਂ ਆਇਆ ਅਸੀਂ ਬ੍ਰਸ਼ ਕੀਤਾ ਹੈ ਸਾਡੇ ਮਸੂੜਿਆਂ ਦਾ ਮਤਲਬ ਸਾਡੇ ਮਸੂੜਿਆਂ 'ਚ ਖੂਨ ਆ ਰਿਹਾ ਦੰਦ ਬਲੀਡ ਨਹੀਂ ਕਰਦੇ ਮਸੂੜੇ ਬਲੀਡ ਕਰਦੇ ਹੁਣ ਇਹ ਮਸੂੜੇ ਕਿਉਂ ਬਲੀਡ ਕੀਤੇ ਇਹਦੇ ਵਿੱਚ ਬਹੁਤ ਸਾਰੇ ਰੀਜ਼ਨ ਹੈ ਕਿ ਤੁਹਾਨੂੰ ਕੋਈ ਮਸੂੜਿਆਂ ਦੀ ਬਿਮਾਰੀ ਹੈ ਜਿਹਨੂੰ ਕਿ ਆਮ ਲੈਂਗੁਏਜ ਵਿੱਚ ਅਸੀਂ ਕਹਿੰਦੇ ਨੇ ਪਾਇਰੀਆ ਹੁਣ ਪਾਇਰੀਆ ਦੀ ਅਲੱਗ ਅਲੱਗ ਸਟੇਜਿਸ ਹੁੰਦੀਆਂ ਨੇ ਸ਼ੁਰੂਆਤ ਦੀ ਸਟੇਜ ਮਿਡਲ ਸਟੇਜ ਐਡਵਾਂਸ ਸਟੇਜ ਇਸ ਕਰਕੇ ਤੁਹਾਨੂੰ ਡੈਂਟਿਸਟ ਕੋਲ ਜਾਣਾ ਹੈ ਉਹ ਆਈਡੈਂਟੀਫਾਈ ਕਰੇਗਾ ਕਿ ਤੁਹਾਡੀ ਕਿਹੜੀ ਸਟੇਜ ਹੈ ਹੁਣ ਖੂਨ ਨਿਕਲਣ ਦੇ ਹੋਰ ਬੜੇ ਰੀਜ਼ਨ ਨੇ ਕਈ ਵਾਰ ਤੁਹਾਡੇ ਮੂੰਹ 'ਚ ਕੋਈ ਛਾਲਾ ਪਿਆ ਹੋਇਆ ਹੈ ਕਿਤੇ ਕੋਈ ਕੋਈ ਗਰੋਥ ਹੋ ਰਹੀ ਹੈ ਤੁਹਾਡੇ ਮੂੰਹ 'ਚ ਉੱਥੇ ਬ੍ਰਸ਼ ਲੱਗ ਗਿਆ ਜ਼ੋਰ ਦੀ ਤੁਹਾਡੇ ਮੂੰਹ 'ਚ ਬ੍ਰਸ਼ ਲੱਗ ਗਿਆ ਤਾਂ ਬਲੀਡਿੰਗ ਹੋ ਗਈ ਤੁਹਾਡੀ ਜੀਭ ਕੱਟ ਗਈ ਬ੍ਰਸ਼ ਕਰਦੇ ਕਰਦੇ ਤਾਂ ਬਲੀਡਿੰਗ ਹੋ ਗਈ ਤੁਸੀਂ ਬਜ਼ੁਰਗ ਬੰਦੇ ਜਾਂ ਕੋਈ ਵੀ ਮਿਡਲ ਏਜ ਬਲੱਡ ਥਿਨਰਸ 'ਤੇ ਹੁੰਦੇ ਨੇ ਕਈ ਲੋਕ ਹਾਰਟ ਪ੍ਰੋਬਲਮ ਕਰਕੇ ਖੂਨ ਪਤਲਾ ਕਰਨ ਦਵਾਈਆਂ ਲੈਂਦੇ ਨੇ ਉਹਨਾਂ ਵਿੱਚ ਬਲੀਡਿੰਗ ਬਹੁਤ ਪਾਈ ਜਾਂਦੀ ਹੈ ਇਹ ਵੀ ਇੱਕ ਰੀਜ਼ਨ ਹੈਗਾ ਬਲੀਡਿੰਗ ਦਾ ਮਸੂੜੇ ਸ਼ਰਿੰਕ ਹੋਏ ਹੋਏ ਨੇ ਮਸੂੜੇ ਸੁੱਜੇ ਹੋਏ ਨੇ ਉਹਨਾਂ 'ਚ ਸਵੈਲਿੰਗ ਹੈ ਇਹਨਾਂ 'ਚ ਜਦੋਂ ਵੀ ਅਸੀਂ ਬ੍ਰਸ਼ ਕਰਾਂਗੇ ਇਹ ਬਲੀਡਿੰਗ ਜ਼ਰੂਰ ਹੋਏਗੀ ਇਹ ਸਾਈਨ ਆਫ ਵਰੀ ਹੈਗਾ ਬਿਲਕੁਲ ਹੈਗਾ ਕਿਉਂਕਿ ਹੁਣ ਮੈਂ ਤੁਹਾਨੂੰ ਕਹਿੰਦਾ ਇਹ ਸਾਈਨ ਆਫ ਵਰੀ ਕਿਉਂ ਹੈ ਬਲੀਡਿੰਗ ਗਮਸ ਜ਼ਿਆਦਾਤਰ ਜਿਹੜੇ ਖੂਨ ਆਉਂਦਾ ਹੈਗਾ ਜਿਹਦੀ ਪੇਸ਼ੈਂਟ ਨੂੰ ਡਾਇਬੀਟੀਜ਼ ਹੈ ਉਹਦੀ ਡਾਇਬੀਟੀਜ਼ ਕੰਟਰੋਲ ਨਹੀਂ ਹੈਗੀ ਉਹਦੇ ਮਸੂੜੇ ਫੁੱਲ ਜਾਂਦੇ ਨੇ ਉਹਦੇ ਮਸੂੜੇ ਕਮਜ਼ੋਰ ਹੋ ਜਾਂਦੇ ਨੇ ਅਤੇ ਉਹ ਬਲੀਡ ਕਰਦੇ ਨੇ ਦੂਜਾ ਹੈ ਜੀ ਇਹ ਮੂੰਹ 'ਚ ਸਫਾਈ ਤਰੀਕੇ ਨਾਲ ਨਹੀਂ ਰੱਖੀ ਹੋਈ ਪਾਇਰੀਆ ਜਿਹਨੂੰ ਕਹਿੰਦੇ ਹੈ ਪਲਾਕ ਜੰਮਿਆ ਹੋਇਆ ਘਰੇੜਾ ਜੰਮਿਆ ਹੋਇਆ ਉਹ ਜ਼ਰੂਰ ਬਲੀਡ ਕਰੇਗਾ ਦੰਦ ਹਿਲਦੇ ਨੇ ਠੀਕ ਤਰ੍ਹਾਂ ਸਾਫ਼ ਨਹੀਂ ਹੋਣਗੇ ਬ੍ਰਸ਼ ਲੱਗੇਗਾ ਬਲੀਡ ਕਰਨਗੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਦਵਾਈਆਂ ਦਾ ਬਹੁਤ ਅਸਰ ਹੁੰਦਾ ਹੈ ਬਲੱਡ ਪ੍ਰੈਸ਼ਰ ਦੀ ਦਵਾਈ ਅੱਜ ਦੀ ਡੇਟ 'ਚ 60-70% ਲੋਕ ਖਾ ਰਹੇ ਨੇ ਕਈ ਬਲੱਡ ਪ੍ਰੈਸ਼ਰ ਦੀ ਦਵਾਈਆਂ 'ਤੇ ਇੱਕ ਸਾਈਡ ਇਫੈਕਟ ਹੈਗਾ ਕਿ ਉਹਦੇ ਨਾਲ ਮਸੂੜੇ ਫੁੱਲ ਜਾਂਦੇ ਨੇ ਜਦੋਂ ਮਸੂੜਾ ਫੁੱਲ ਜਾਂਦਾ ਹੈਗਾ ਉਹਨੂੰ ਆਪਾਂ ਬ੍ਰਸ਼ ਕਰਦੇ ਹਾਂ ਉਹ ਬਲੀਡ ਕਰਨ ਲੱਗ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨੋਟ ਕਰੋ ਸਾਡੇ ਕੋਲ ਆਓ ਡੈਂਟਿਸਟ ਕੋਲ ਆਓ ਡੈਂਟਿਸਟ ਤੁਹਾਨੂੰ ਦੱਸੇਗਾ ਕਿ ਹਾਂਜੀ ਤੁਹਾਨੂੰ ਡਾਇਬੀਟੀਜ਼ ਹੈ ਤੁਹਾਡੇ ਅਸੀਂ ਟੈਸਟ ਕਰਾਂਗੇ ਚੈੱਕ ਕਰਾਂਗੇ ਤੁਹਾਨੂੰ ਪਾਇਰੀਆ ਹੈ ਤੁਹਾਡੀ ਜਿਹੜੀ ਦਵਾਈ ਬਲੱਡ ਪ੍ਰੈਸ਼ਰ ਦੀ ਹੈ ਉਹ ਚੇਂਜ ਹੋਣ ਵਾਲੀ ਹੈ ਅਸੀਂ ਆਪਣੇ ਦੂਜੇ ਮੈਡੀਕਲ ਡਾਕਟਰ ਨਾਲ ਗੱਲ ਕਰਾਂਗੇ ਕਿ ਇਹਨੂੰ ਇਸ ਦਵਾਈ ਦਾ ਸਾਈਡ ਇਫੈਕਟ ਹੋ ਰਿਹਾ ਜਿਹਦੇ ਕਰਕੇ ਮਸੂੜੇ ਫੁੱਲ ਰਹੇ ਨੇ ਅਤੇ ਬਲੀਡ ਕਰ ਰਹੇ ਨੇ ਅਤੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਹੈ ਅੱਛਾ ਪ੍ਰੋਬਲਮ ਕੀ ਹੈਗੀ ਹੈ ਹੁਣ ਇਹ ਜਿਹੜਾ ਮਸੂੜਿਆਂ 'ਚੋਂ ਖੂਨ ਨਿਕਲਦਾ ਹੈਗਾ ਇਹ ਦਵਾਈ ਬਿਮਾਰੀ ਦਾ ਨਾਂ ਹੈ ਪਾਇਰੀਆ ਇਹਦੇ 'ਚ ਪੇਨ ਨਹੀਂ ਹੁੰਦੀ ਪੇਸ਼ੈਂਟ ਨੂੰ ਅਤੇ ਪੇਸ਼ੈਂਟ ਕਹਿੰਦਾ ਮੈਨੂੰ ਕੋਈ ਦਰਦ ਤਾਂ ਹੈ ਨਹੀਂ ਮੈਂ ਕਾਹਦੇ ਲਈ ਜਾਣਾ ਹੈ ਪਰ ਇਹ ਇੱਕ ਸਾਇਲੈਂਟ ਡਿਜ਼ੀਜ਼ ਹੈ ਜਿਹਦੇ ਵਿੱਚ ਹੌਲੀ ਹੌਲੀ ਪਹਿਲਾਂ ਬਲੀਡਿੰਗ ਹੁੰਦੀ ਹੈ ਫਿਰ ਦੰਦ ਹਿਲਦੇ ਨੇ ਫਿਰ ਅਚਾਨਕ ਦੰਦ ਮੂੰਹ 'ਚ ਹੀ ਗਿਰ ਜਾਂਦਾ ਬਿਨਾਂ ਦਰਦ ਦੇ ਅਤੇ ਪੇਸ਼ੈਂਟ ਆ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਤਾਂ ਕੋਈ ਦਰਦ ਸੀਗੀ ਨਹੀਂ ਮੇਰੇ ਦੰਦ ਹਿਲਣ ਲੱਗ ਗਿਆ ਔਰ ਡਿੱਗਣ ਲੱਗ ਪਏ ਇਸ ਕਰਕੇ ਸਾਇਲੈਂਟ ਡਿਜ਼ੀਜ਼ ਹੈ ਇਹਦਾ ਫਸਟ ਸਾਈਨ ਹੈ ਬਲੀਡਿੰਗ ਜਿੱਦਾਂ ਹੀ ਤੁਸੀਂ ਬਲੀਡਿੰਗ ਕਿਸੇ ਪ੍ਰਕਾਰ ਦੀ ਵੀ ਨੋਟਿਸ ਕਰੋ ਆਪਣੇ ਮੂੰਹ 'ਚ ਸਭ ਤੋਂ ਪਹਿਲਾਂ ਡਾਕਟਰ ਕੋਲ ਪਹੁੰਚੋ ਤਾਂ ਕਿ ਅਸੀਂ ਇਹਨੂੰ ਸ਼ੁਰੂਆਤ 'ਚ ਹੀ ਫੜ ਲਈਏ ਹੁਣ ਅਗਲੀ ਪ੍ਰੋਬਲਮ ਜਿਹੜੀ ਹੈਗੀ ਅੱਜ ਕੱਲ੍ਹ ਬਹੁਤ ਜ਼ਿਆਦਾ ਸੈਂਸਿਟੀਵਿਟੀ ਆਈਸਕ੍ਰੀਮ ਖਾ ਰਹੇ ਹਾਂ ਜਾਨ ਨਿਕਲ ਗਈ ਇੱਕਦਮ ਚੀਜ਼ ਪਈ ਠੰਡਾ ਪਾਣੀ ਪੀਤਾ ਚੀਜ਼ ਪਈ ਠੰਡ ਲੱਗਣ ਲੱਗ ਗਈ ਦੰਦਾਂ ਨੂੰ ਔਰ ਆਪਾਂ ਨਾਲ ਹੀ ਆਈਸਕ੍ਰੀਮ ਰੱਖਤੀ ਨਾਲ ਹੀ ਆਪਾਂ ਆਪਣਾ ਜੂਸ ਰੱਖਤਾ ਇਹਨੂੰ ਅਸੀਂ ਕਹਿੰਦੇ ਹਾਂ ਡੈਂਟੀਨਲ ਹਾਈਪਰ ਸੈਂਸਿਟੀਵਿਟੀ ਜਾਂ ਕਿ ਟੁੱਥ ਸੈਂਸਿਟੀਵਿਟੀ ਇਹ ਵੀ ਬੜੀ ਪ੍ਰੋਬਲਮ ਹੈ ਅੱਜ ਕੱਲ੍ਹ ਲੋਕਾਂ 'ਚ ਇਹਦਾ ਰੀਜ਼ਨ ਕੀ ਹੈ ਅਸੀਂ ਗਲਤ ਤਰੀਕੇ ਨਾਲ ਬ੍ਰਸ਼ ਕਰਦੇ ਹਾਂ ਜਿਹਦੇ ਕਾਰਨ ਸਾਡਾ ਗਲਤ ਟੁੱਥਪੇਸਟ ਯੂਜ਼ ਕਰਦੇ ਹਾਂ
तो जी अंदरली सेंसिटिव लेयर्स हैं वो एक्सपोज हो जाती हैं तो कि डेंटल सेंसिटिविटी हो जाती है। होर बथेरे रीजन ने जिमें कि GERD एक होंगे गैस्ट्रो ईसोफेजियल रिफ्लैक्स डिजीज जिन्हों असी आम तौर कहने एसिडिटी की प्रॉब्लम एसिड बनता पेशेंट कहना जी मेरे एसिड बनता है वो एसिड कई बार इन्ना ज़्यादा बनता है कि मूँह आ जाता है जो मूँह आ जाता वो एसिड दंद को इरोड कर देता है ठीक है वो दंद को इरोड करता है अंदरली लेयर फिर एक्सपोज हो जाती है ठंडा गर्म पेशेंट को लगना शुरू हो जाता है। सो ऐसे बहुत सारे रीजन ने सेंसिटिविटी के जेडे कि साडे कोल आके ही पता चलणगे तो यदा क्योर हैगा ये सारिया चीज़ा क्योरेबल हैगियाँ असी इस सेंसिटिविटी का भी इलाज कर सकते हैं असी पायरिया दम और ब्लीडिंग गम्स का भी इलाज कर सकते हैं। तुसी साडे नाल डेली पोस्ट से जुड़े रहो तुहानू मैं बहुत टिप्स देंगा मसूड़ियाँ की केयर बारे सेंसिटिविटी की केयर बारे। सत श्री अकाल। सो जिन्ना खाना जरूरी है तीनों टाइम का उन्ना ही ज़्यादा जरूरी है कि तुसी अपने दंदा की भी केयर करो क्योंकि उन्ना दंदा दे नाल ही तुसी खाना खाना जिवें डॉक्टर ने अपने टिप्स दिते ने चाहे छोटी जिनी प्रॉब्लम भी होवे वो भी कितने ना कितने थोड़ी बॉडी दियां बाकी हिस्सों के नाल करैक्ट करती है। सो बड़ी जाहिर जी गल है मनप्रीत बड़ा सेंसिटिव पार्ट है अपने बॉडी का दंद जिन्हों का असी जिन्हों तो असी खाना है जिन्हों तो असी हस के लोगों को पॉजिटिव करना है। सो अपनी स्माइल को बरकरार रखो अपने दंदा की केयर जी है इस तरह करते रहो और डॉक्टर्स नाल जरूर कंसल्ट करो फिर चाहे तुहाडे दंद के विच जिस तरह की मर्जी दिक्कत होवे छोटी तो लैके बड़ी तक क्योंकि तुहाडी बॉडी के किसी न किसी पार्ट के नाल कनैक्ट करती होंगी है तुहाडी प्रॉब्लम। सो किसी भी बीमारी नू इग्नोर ना करो।